ਪਿਆਰੇ ਦਰਸ਼ਕੋ, ਅੱਜ ਅਸੀਂ ਗੱਲ ਕਰਨੀ ਆ ਸਹੀ ਖਾਣਾ, ਸਹੀ ਮਾਤਰਾ ਤੇ ਸਹੀ ਸਮਾਂ ਕੀ ਆ ਵਿਅਕਤੀ ਦਾ। ਕਿਉਂਕਿ ਤੁਸੀਂ ਭੋਜਨ ਕਰਨ ਵਾਸਤੇ ਹੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਨੱਠ ਭੱਜ ਕਰਦੇ ਹੋ ਰੋਟੀ ਕਮਾਉਣ ਵਾਸਤੇ, ਤੇ ਉਹਨੂੰ ਅਸੀਂ ਖਾਂਦੇ ਆ ਇਸ ਸਰੀਰ ਨੂੰ ਠੀਕ ਰੱਖਣ ਵਾਸਤੇ ਜਾਂ ਸਵਾਦ ਵਾਸਤੇ ਜਾਂ ਸਾਨੂੰ ਭੁੱਖ ਲੱਗਦੀ ਆ ਤਾਂ ਅਸੀਂ ਖਾਂਦੇ ਆ। ਪਰ ਜੇ ਇਹਦੇ ਵਿੱਚ ਕੋਈ ਇੱਕ ਅੱਧੀ ਗਲਤੀ ਆਪਾਂ ਕਰ ਲਈਏ ਤਾਂ ਫਿਰ ਕੀ ਹੁੰਦਾ ਕਿ ਫਿਰ ਸਾਨੂੰ ਬਿਮਾਰੀਆਂ ਘੇਰ ਲੈਂਦੀਆਂ ਨੇ ਤੇ ਫਿਰ ਅਸੀਂ ਦਵਾਈਆਂ ਤੇ ਹੋ ਜਾਂਦੇ ਆ, ਦਵਾਈਆਂ ਜੋਗੇ ਹੋ ਜਾਂਦੇ ਆ, ਬਹੁਤ ਤਰ੍ਹਾਂ ਦੇ ਰੋਗ ਲੱਗ ਜਾਂਦੇ ਨੇ ਤੇ ਆਦਮੀ ਆਪਣੀ ਜ਼ਿੰਦਗੀ ਤੋਂ ਦੁਖੀ ਹੋ ਜਾਂਦਾ ਹੈ, ਦਵਾਈਆਂ ਤੋਂ ਦੁਖੀ ਹੋ ਜਾਂਦਾ, ਹਸਪਤਾਲਾਂ ਦੇ ਚੱਕਰ ਮਾਰ ਮਾਰ ਕੇ ਕਮਲਾ ਹੋ ਜਾਂਦਾ ਹੈ। ਸੋ ਆਪਾਂ ਇੱਕ ਦੋ ਛੋਟੇ ਛੋਟੇ ਕੰਮ ਨੇ, ਅਗਰ ਉਹ ਕਰੋਗੇ ਤੁਸੀਂ ਬਿਮਾਰ ਨਹੀਂ ਹੋਵੋਗੇ। ਕਿਉਂਕਿ ਤੁਹਾਡੇ ਸਰੀਰ ਦੇ ਅੰਦਰ ਰੱਬ ਨੇ ਐਸੀ ਇੱਕ ਸ਼ਕਤੀ ਬਖਸ਼ਿਸ਼ ਕੀਤੀ ਹੈ, ਨਾ ਉਹ ਤੁਹਾਨੂੰ ਮੋਟਾ ਹੋਣ ਦਿੰਦੀ ਹੈ ਨਾ ਉਹ ਤੁਹਾਨੂੰ ਕਮਜ਼ੋਰ ਹੋਣ ਦਿੰਦੀ ਹੈ। ਉਹ ਸ਼ਕਤੀ ਖਾਣੇ ਨੂੰ ਸਹੀ ਤਰੀਕੇ ਨਾਲ ਪਹੁੰਚਾਉਂਦੀ ਹੈ ਤੇ ਤੁਹਾਨੂੰ ਪਾਵਰ ਦਿੰਦੀ ਹੈ, ਬਿਮਾਰੀਆਂ ਲੜਨ ਦੀ ਤਾਕਤ ਦਿੰਦੀ ਹੈ। ਅਗਰ ਉਹ ਸ਼ਕਤੀ ਤੁਸੀਂ ਠੀਕ ਰੱਖ ਲਓ ਤਾਂ ਫਿਰ ਕੀ ਆ ਕਿ ਤੁਸੀਂ ਬਿਮਾਰ ਨਹੀਂ ਹੋਵੋਗੇ, ਤੁਹਾਨੂੰ ਰੋਗ ਨਹੀਂ ਲੱਗਣਗੇ। ਅੱਜ ਕੀ ਆ, ਅੱਜ ਲੋਕਾਂ ਨੂੰ ਬਲੱਡ ਪ੍ਰੈਸ਼ਰ ਹੈ, ਥਾਇਰਾਇਡ ਹੈ ਜਾਂ ਹੋਰ ਬਹੁਤ ਸਾਰੇ ਰੋਗ ਨੇ ਜਿਨ੍ਹਾਂ ਦਾ ਕਿਸੇ ਇਨਫੈਕਸ਼ਨ ਨਾਲ, ਬੈਕਟੀਰੀਆ ਨਾਲ, ਵਾਇਰਸ ਨਾਲ ਕੋਈ ਸੰਬੰਧ ਨਹੀਂ, ਪਰ ਸਰੀਰ ਦੀ ਕਿਤੇ ਮੈਟਾਬੋਲਿਜ਼ਮ ਦਾ ਗੜਬੜਾ ਜਾਣਾ ਬਿਮਾਰੀ ਦਾ ਕਾਰਨ ਬਣਿਆ ਪਿਆ ਤੇ ਬਹੁਤ ਸਾਰੇ ਲੋਕ ਮੋਟੇ ਹੋ ਰਹੇ ਨੇ ਤੇ ਬਹੁਤ ਸਾਰੇ ਲੋਕ ਕਮਜ਼ੋਰ ਹੋ ਰਹੇ ਨੇ, ਤਾਂ ਅਸੀਂ ਮੈਟਾਬੋਲਿਜ਼ਮ ਨੂੰ ਕਿਵੇਂ ਠੀਕ ਰੱਖਾਂਗੇ। ਗੱਲ ਬੜੀ ਛੋਟੀ ਜੀ ਪਰ ਅਸਰ ਬੜਾ ਵੱਡਾ ਹੋਣਾ, ਇਹ ਗੱਲ ਨੂੰ ਪੂਰੀ ਸੁਣ ਲਿਆ ਜੇ ਤੇ ਵੀਡੀਓ ਨੂੰ ਅਖੀਰ ਤੱਕ ਦੇਖ ਲਿਆ ਜੇ। ਹੁਣ ਮੈਂ ਜਦੋਂ ਗੱਲ ਕਰੂੰਗਾ ਤੁਸੀਂ ਆਖੋਗੇ ਤਾਂ ਗੱਲ ਹੀ ਬੜੀ ਛੋਟੀ ਜੀ ਹੈ, ਇਹਦਾ ਤਾਂ ਅਸਰ ਹੀ ਨਹੀਂ ਹੋਣਾ। ਨਹੀਂ ਜੀ, ਅਸਰ ਹੋਏਗਾ। ਗੱਲ ਇਹ ਹੈ ਕਿ ਤੁਸੀਂ ਖਾਣਾ ਆਪਣੀ ਭੁੱਖ ਨਾਲੋਂ ਘੱਟ ਖਾਣਾ ਹੈ, ਇਹ ਸਾਰਿਆਂ ਨੇ ਸੁਣਿਆ ਹੋਇਆ। ਹੁਣ ਮੈਂ ਤੁਹਾਨੂੰ ਇਹ ਸਮਝਾਉਣਾ ਹੈ ਕਿ ਘੱਟ ਖਾਣ ਦੇ ਫਾਇਦੇ ਕੀ ਆ ਤੇ ਵੱਧ ਖਾਣ ਫਾਇਦਾ ਵੱਧ ਖਾਧਾ ਕਿੱਦਾਂ ਨੁਕਸਾਨ ਕਰਦਾ ਹੈ। ਹੁਣ ਥੋੜ੍ਹਾ ਖਾਣਾ ਤੁਹਾਡੇ ਲਈ ਫਾਇਦੇਮੰਦ ਕਿਵੇਂ ਆ? ਦੇਖੋ ਪਿਆਰੇ ਦਰਸ਼ਕੋ, ਤੁਸੀਂ ਸਮਝਿਆ ਜੇ ਤੁਹਾਡੇ ਪੇਟ ਦੇ ਵਿੱਚ ਅਗਨੀ ਹੈ ਜਿਹਨੂੰ ਕਹਿੰਦੇ ਆ ਜਠਰ ਅਗਨੀ, ਤੁਸੀਂ ਖਾਣਾ ਜਦੋਂ ਖਾਂਦੇ ਹੋ ਤਾਂ ਉਹ ਉਸਨੇ ਪਚਾ ਕੇ ਉਹਦੇ ਜਿਹੜੇ ਰਸ ਤੁਹਾਡੇ ਸਰੀਰ ਨੂੰ ਦੇਣੇ ਆ, ਉਹਦਾ ਖੂਨ ਬਣਨਾ, ਹੋਰ ਹੱਡੀਆਂ ਬਣਨੀਆਂ, ਬੜਾ ਕੁਛ ਤੁਹਾਡੇ ਸਰੀਰ ਦੇ ਵਿੱਚ ਚੇਂਜਿਜ ਆਣੀ ਹੈ, ਪਰ ਹੋਣਾ ਖਾਣੇ ਨਾਲ ਹੀ ਹੈ ਜੋ ਤੁਸੀਂ ਪੇਟ 'ਚ ਪਾ ਰਹੇ ਹੋ। ਅਗਰ ਇਹ ਸਹੀ ਤਰੀਕੇ ਨਾਲ ਡਾਈਜੈਸਟ ਨਹੀਂ ਹੋਏਗਾ ਤਾਂ ਤੁਹਾਡੇ ਸਰੀਰ ਨੂੰ ਉਹ ਸਾਰੀਆਂ ਚੀਜ਼ਾਂ ਮੁਹੱਈਆ ਨਹੀਂ ਹੋਣਗੀਆਂ ਤਾਂ ਤੁਸੀਂ ਕਮਜ਼ੋਰ ਹੋ ਜਾਓਗੇ। ਅਗਰ ਉਹਦੇ ਵਿੱਚੋਂ ਬਾਕੀ ਚੀਜ਼ਾਂ ਘੱਟ ਮਿਲੀਆਂ ਤੇ ਚਰਬੀ ਫੈਟ ਦੇ ਰੂਪ ਵਿੱਚ ਜ਼ਿਆਦਾ ਮਿਲ ਗਈ ਤਾਂ ਵੀ ਤੁਸੀਂ ਮੋਟੇ ਹੋ ਜਾਓਗੇ। ਤਾਂ ਤੁਹਾਡਾ ਮੈਟਾਬੋਲਿਜ਼ਮ ਕਿੱਦਾਂ ਠੀਕ ਰਹੇਗਾ? ਮੈਟਾਬੋਲਿਜ਼ਮ ਠੀਕ ਰਹੇਗਾ ਅਗਰ ਤੁਸੀਂ ਖਾਣਾ ਆਪਣੀ ਭੁੱਖ ਤੋਂ ਘੱਟ ਖਾਂਦੇ ਹੋ, ਕਿੰਨਾ 75% ਪੇਟ ਭਰਦੇ ਹੋ, 3/4। ਅਗਰ ਤੁਸੀਂ ਇੰਨਾ ਖਾਂਦੇ ਹੋ ਤਾਂ ਤੁਹਾਡਾ ਖਾਣਾ ਹਜ਼ਮ ਹੋਏਗਾ ਬਹੁਤ ਛੇਤੀ ਔਰ ਸਰੀਰ ਨੂੰ ਤਾਕਤ ਦੇ ਦੇਗਾ। ਅਗਰ ਮੋਟਾਪਾ ਤੋਂ ਘਟਣਾ ਸ਼ੁਰੂ ਹੋ ਜਾਏਗਾ, ਤੁਸੀਂ ਕਰਕੇ ਦੇਖਿਆ ਜੇ। ਹੁਣ ਹੋ ਕਿਵੇਂ ਜਾਂਦਾ? ਹੁਣ ਤੁਸੀਂ ਐਂ ਦੱਸੋ ਵੀ ਕਿਤੇ ਕਿਸੇ ਚੁੱਲ੍ਹੇ ਦੇ ਵਿੱਚ ਬੜੀ ਤੇਜ਼ੀ ਨਾਲ ਅੱਗ ਭੜਕ ਪਈ ਹੋਵੇ ਤੇ ਬੜੀ ਤੇਜ਼ੀ ਨਾਲ ਜਲ ਰਹੀ ਹੋਵੇ, ਬਹੁਤ ਅੱਗ ਜਲ ਰਹੀ ਹੋਵੇ, ਪਤਲੀਆਂ ਪਤਲੀਆਂ ਲੱਕੜਾਂ ਲਾਈਆਂ ਹੋਣ ਵਿੱਚ ਤੇ ਬਹੁਤ ਅੱਛੇ ਤਰੀਕੇ ਨਾਲ ਅੱਗ ਜਿਹੜੀ ਆ ਉਹ ਲੱਗੀ ਪਈ ਹੋਵੇ, ਤੁਸੀਂ ਇੱਕ ਮੋਟੀ ਲੱਕੜ ਲਿਆ ਕੇ ਉਹਦੇ ਵਿੱਚ ਚੁੱਲ੍ਹੇ ਦੇ ਰੱਖਦੇ ਆ ਜੀ, ਨਾਲ ਦੀ ਨਾਲ ਅੱਗ ਜਿਹੜੀ ਹੈ ਬੁਝ ਜਾਏਗੀ, ਬੁਝ ਨਾ ਜਾਏਗੀ ਤਾਂ ਘੱਟ ਜਾਏਗੀ, ਘੱਟਣ ਦਾ ਮਤਲਬ ਕਿ ਉਹ ਜਿਹੜੀ ਆ ਸਲੋ ਹੋ ਜਾਏਗੀ, ਜਿਹੜਾ ਸੇਕ ਆ ਉਹ ਘੱਟ ਜਾਏਗਾ। ਬਸ ਪਿਆਰੇ ਦਰਸ਼ਕੋ, ਇੱਦਾਂ ਹੀ ਹੁੰਦਾ, ਜਦੋਂ ਅਸੀਂ ਬਹੁਤ ਸਾਰਾ ਖਾਣਾ ਉਸ ਜਠਰ ਅਗਨੀ ਦੇ ਹਵਾਲੇ ਕਰ ਦਿੰਦੇ ਤਾਂ ਫਿਰ ਕੀ ਹੁੰਦਾ? ਫਿਰ ਉਹ ਬੁਝਣੀ ਸ਼ੁਰੂ ਹੋ ਜਾਂਦੀ, ਯਾਨੀ ਤੰਗ ਹੋਣੀ, ਉਹ ਪ੍ਰੋਸੈਸ ਜਿਹੜਾ ਚੱਲਦਾ ਪਿਆ ਸੀ ਉਹ ਕਿਤੇ ਨਾ ਕਿਤੇ ਗੜਬੜਾ ਜਾਂਦਾ, ਡਾਊਨ ਹੋ ਜਾਂਦਾ। ਜਦੋਂ ਡਾਊਨ ਹੋ ਜਾਂਦਾ ਤਾਂ ਪਾਚਨ ਪ੍ਰਣਾਲੀ ਸਹੀ ਨਾ ਹੋਣ ਕਰਕੇ ਕਿਸੇ ਨੂੰ ਬਦ ਹਜ਼ਮੀ, ਕਿਸੇ ਨੂੰ ਦਸਤ, ਕਿਸੇ ਨੂੰ ਕਬਜ਼ੀ, ਕਿਸੇ ਨੂੰ ਐਪਚ, ਕਿਸੇ ਦੇ ਮੂੰਹ 'ਚ ਛਾਲੇ, ਕਿਸੇ ਨੂੰ ਪੇਟ ਦੇ ਵਿੱਚ ਗੈਸ ਬੜੀ ਬਣ ਜਾਂਦੀ ਆ, ਕਿਸੇ ਨੂੰ ਮੁੜ ਕੇ ਭੁੱਖ ਨਹੀਂ ਲੱਗਦੀ,
ਕਿ ਕਿਸੇ ਨੂੰ ਬਹੁਤ ਭੁੱਖ ਲੱਗੀ ਜਾਂਦੀ ਹੈ ਸਾਰਾ ਦਿਨ, ਇਹ ਸਾਰਾ ਕੁਝ ਇਦਾਂ ਹੀ ਗੜਬੜਾਉਂਦਾ। ਹੁਣ ਇਹ ਜਿਹੜੀ ਚੀਜ਼ ਹੈ ਇਹਦਾ ਤੁਸੀਂ ਧਿਆਨ ਰੱਖਣਾ ਹੈ ਕਿ ਆਪਣੇ ਮੈਟਾਬੋਲਿਜ਼ਮ ਨੂੰ ਠੀਕ ਕਰਨਾ ਹੈ, ਤਾਂ ਫਿਰ ਤੁਸੀਂ ਕੀ ਕਰੋਗੇ, ਖਾਣਾ ਜਿਹੜਾ ਹੈ ਉਹ ਤਰੀਕੇ ਨਾਲ ਖਾਓਗੇ, ਤੁਸੀਂ ਜ਼ਿਆਦਾ ਵਾਰ ਖਾ ਲਓ। ਮਤਲਬ ਖਾਣੇ ਦਾ ਇੱਕ ਰੂਲ ਹੈ ਕਿ ਸਹੀ ਖਾਣਾ ਅਤੇ ਸਹੀ ਸਮਾਂ ਅਤੇ ਸਹੀ ਖਾਣ ਦਾ ਤਰੀਕਾ, ਆਪਾਂ ਇਹਦੇ 'ਤੇ ਗੱਲ ਕਰਦੇ ਪਏ ਹਾਂ। ਹੁਣ ਤਰੀਕਾ ਕੀ ਆ, ਹੁਣ ਤਰੀਕੇ 'ਤੇ ਗੱਲ ਕਰ ਲਈਏ। ਤਰੀਕਾ ਹੈ ਕਿ ਛੋਟੀ ਜਿਹੀ ਬੁਰਕੀ ਜਿਹਨੂੰ ਮੂੰਹ 'ਚ ਪਾ ਕੇ ਚੰਗੀ ਤਰ੍ਹਾਂ ਚਬਾ ਕੇ ਲੈ ਕੇ ਜਾਓ, ਕਾਹਲ ਦੇ ਵਿੱਚ ਰੋਟੀ ਕਦੇ ਨਹੀਂ ਖਾਓ, ਕਾਹਲ 'ਚ ਖਾਓਗੇ ਤਾਂ ਨੁਕਸਾਨ ਹੋਏਗਾ। ਹੁਣ ਆ ਗਈ ਕਿ ਸਹੀ ਮਾਤਰਾ, ਉੱਤੇ ਆਪਾਂ ਗੱਲ ਕਰ ਲਈ। ਹੁਣ ਕੀ ਆ ਕਿ ਸਹੀ ਖਾਣਾ, ਸਹੀ ਖਾਣੇ ਬਾਰੇ ਤੁਸੀਂ ਸਾਰੇ ਜਾਣਦੇ ਹੋ। ਜਦੋਂ ਤੁਸੀਂ ਖਾਣਾ ਖਾਂਦੇ ਹੋ ਨਾ, ਤਾਂ ਤੁਹਾਡੇ ਅੰਦਰੋਂ ਇੱਕ ਆਵਾਜ਼ ਆਉਂਦੀ ਹੈ ਜਿਹੜੀ ਆਤਮਾ ਦੀ ਆਵਾਜ਼ ਹੈ, ਉਹ ਰੱਬ ਦੀ ਆਵਾਜ਼ ਹੈ, ਉਹ ਤੁਹਾਨੂੰ ਦੱਸ ਦਿੰਦੀ ਹੈ ਇਹਦੇ 'ਚ ਚੰਗਾ ਕੀ ਅਤੇ ਮਾੜਾ ਕੀ। ਬਸ ਇਹ ਤੁਸੀਂ ਉਹ ਆਵਾਜ਼ ਸੁਣ ਲਿਆ ਕਰੋ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਸਰੀਰ ਦੇ ਵਿੱਚ ਕਿਹੜੀ ਚੀਜ਼ ਜਾ ਕੇ ਫਾਇਦਾ ਕਰਦੀ ਅਤੇ ਕਿਹੜੀ ਚੀਜ਼ ਨਹੀਂ ਫਾਇਦਾ ਕਰਦੀ, ਤੁਸੀਂ ਉਹਨੂੰ ਵੇਖ ਲਿਆ ਕਰੋ, ਸੁਣ ਲਿਆ ਕਰੋ। ਹੁਣ ਆਪਾਂ ਗੱਲ ਕਰਾਂਗੇ ਸਹੀ ਸਮਾਂ। ਸਹੀ ਸਮਾਂ ਵੀ ਬਹੁਤ ਵੱਡਾ ਅਸਰ ਰੱਖਦਾ ਹੈ। ਸਾਡੇ ਬਜ਼ੁਰਗ ਜਿੰਨੇ ਵੱਡ ਵਡੇਰੇ ਸੀ ਉਹ ਸੂਰਜ ਖੜ੍ਹੇ ਖੜ੍ਹਿਆਂ ਟਾਈਮ ਨਾਲ ਖਾਣਾ ਖਾ ਲੈਂਦੇ ਸੀ, ਪਰ ਜਿਵੇਂ ਜਿਵੇਂ ਅਸੀਂ ਤਰੱਕੀ ਕਰਦੇ ਗਏ, ਸਾਡੇ ਘਰਾਂ ਵਿੱਚ ਰੇਡੀਓ ਆਉਂਦਾ ਗਿਆ, ਟੈਲੀਵਿਜ਼ਨ ਆਉਂਦਾ ਗਿਆ, ਟੇਪ ਰਿਕਾਰਡ ਆ ਗਈ, ਅਸੀਂ ਉਹਦੇ ਲਾਲਚ ਦੇ ਵਿੱਚ ਖਾਣਾ ਆਪਣਾ ਲੇਟ ਕਰਦੇ ਗਏ। ਫਿਰ ਅਸੀਂ ਕਾਰੋਬਾਰ ਐਸੇ ਆ ਗਏ, ਉਹਨਾਂ ਦਾ ਦਿਨ ਛਿਪ ਜਾਂਦਾ ਸੀ, ਉਹ ਜਿਹੜਾ ਹੈ ਬਲਦ ਲੈ ਕੇ ਘਰ ਆ ਜਾਂਦੇ ਸਨ ਅਤੇ ਆਉਂਦਿਆਂ ਸਾਰ ਮੂੰਹ ਹੱਥ ਧੋ ਲੈਣਾ, ਇਸ਼ਨਾਨ ਪਾਣੀ ਕਰ ਲੈਣਾ ਅਤੇ ਪ੍ਰਸ਼ਾਦਾ ਉਹਨਾਂ ਨੇ ਛਕ ਲੈਣਾ ਅਤੇ ਸਮੇਂ ਸਿਰ ਸੌਂ ਜਾਣਾ ਅਤੇ ਸਵੇਰੇ ਅੰਮ੍ਰਿਤ ਵੇਲੇ ਉੱਠ ਜਾਣਾ, ਚਾਹੇ ਉਹ ਕੰਮ ਕਰਦੇ ਸਨ ਅਤੇ ਚਾਹੇ ਜਾਪ ਕਰਦੇ ਸਨ। ਹੁਣ ਸਾਡਾ ਕੀ ਆ, ਅਸੀਂ ਲੇਟ ਨਾਈਟ ਸੌਂਦੇ ਹਾਂ ਅਤੇ ਲੇਟ ਉੱਠਦੇ ਹਾਂ ਅਤੇ ਲੇਟ ਹੀ ਸਾਡਾ ਖਾਣਾ। ਜਦੋਂ ਸੂਰਜ ਛਿਪ ਜਾਂਦਾ, ਇੱਕ ਗੱਲ ਨੂੰ ਨੋਟ ਕਰਿਆ ਜੀ, ਇਹ ਸੱਚ ਹੈ, ਜਦੋਂ ਸੂਰਜ ਛਿਪ ਜਾਂਦਾ ਤਾਂ ਤੁਹਾਡਾ ਸਰੀਰ ਰਿਲੈਕਸ ਮੂਡ ਵਿੱਚ ਆ ਜਾਂਦਾ, ਯਾਨੀ ਕਿ ਇਹ ਸ਼ਿਥਲ ਹੋਣਾ ਸ਼ੁਰੂ ਹੋ ਜਾਂਦਾ। ਇਹਦੀਆਂ ਜਿਹੜੀਆਂ ਅੰਦਰਲੀਆਂ ਤਾਕਤਾਂ ਨੇ ਖਾਣਾ ਹਜ਼ਮ ਕਰਨ ਵਾਲੀਆਂ, ਉਹ ਕਿਤੇ ਨਾ ਕਿਤੇ ਰਿਲੈਕਸ ਹੋ ਜਾਂਦੀਆਂ, ਯਾਨੀ ਆਰਾਮ ਵੱਲ ਨੂੰ ਚਲਿਆ ਜਾਂਦਾ। ਰਾਤ ਨੂੰ ਨੀਂਦ ਵਧੀਆ ਆਉਂਦੀ ਹੈ ਨਾ, ਉਹ ਇਸੇ ਲਈ ਆਉਂਦੀ ਹੈ ਕਿ ਰਿਲੈਕਸ ਦੇ ਵਿੱਚ ਜਾਂਦਾ, ਦਿਮਾਗ ਵੀ ਸਰੀਰ ਵੀ ਆਰਾਮ ਭਾਲਦਾ। ਅਤੇ ਅਸੀਂ ਉਹਨੂੰ ਲੇਟ ਨਾਈਟ 10 ਵਜੇ 11 ਵਜੇ ਖਾਣਾ ਖਵਾਉਣ ਦਿੰਦੇ ਹਾਂ। ਜਦੋਂ ਤੁਸੀਂ ਖਾਣਾ ਖਵਾ ਦਿੰਦੇ ਹੋ ਕੀ ਮਾੜਾ ਅਸਰ ਹੋਏਗਾ, ਤੁਹਾਡੀ ਨੀਂਦ ਖਰਾਬ ਹੋਏਗੀ। ਜਿਹੜੇ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਚੰਗੀ ਤਰ੍ਹਾਂ, ਜਿਹੜੇ ਲੋਕਾਂ ਨੂੰ ਜ਼ਿਆਦਾ ਸੁਪਨੇ ਆਉਂਦੇ ਆ, ਵਾਰ ਵਾਰ ਜਾਗ ਆਉਂਦੀ ਆ, ਉਹ ਆਪਣਾ ਟਾਈਮ ਨਾਲ ਸੂਰਜ ਛਿਪੇ ਤੋਂ ਪਹਿਲਾਂ ਪਹਿਲਾਂ ਖਾਣਾ ਖਾ ਲਓ, ਤੁਹਾਡੀ ਨੀਂਦ ਵਧੀਆ ਹੋ ਜਾਏਗੀ। ਤੁਸੀਂ ਕਰਕੇ ਦੇਖਿਆ ਜੀ। ਹੁਣ ਕੀ ਆ, ਬਾਜ਼ਾਰਾਂ ਚਲੇ ਜਾਓ। ਮੈਂ ਕੋਟਕਪੂਰਾ ਦੇ ਹੋਟਲ ਦੇ ਉੱਤੇ ਮੈਂ ਕਿਤੇ ਬਾਹਰ ਗਿਆ ਅਤੇ ਵਾਪਸੀ 'ਤੇ ਉੱਥੇ ਚਾਹ ਪੀਣ ਵਾਸਤੇ ਜਾਂ ਕੁਛ ਖਾਣ ਪੀਣ ਵਾਸਤੇ ਅਸੀਂ ਰੁਕ ਗਏ, ਥੋੜ੍ਹੀ ਦੇਰ ਰਿਲੈਕਸ ਕਰਨ ਵਾਸਤੇ, ਥੋੜ੍ਹਾ ਸਮਾਂ ਪਾਸ ਕਰਨ ਵਾਸਤੇ ਥੋੜ੍ਹਾ ਜਿਹਾ ਰੁਕ ਜਾਈਏ, ਪਾਣੀ ਪਾਣੀ ਪੀ ਲਈਏ। ਤਾਂ ਉੱਥੇ ਮੈਨੂੰ ਇੱਕੋ ਦਾ ਜਿਹੜਾ ਗਾਰਡ ਖਲੋਤਾ ਸੀ ਬਾਹਰਲੇ ਪਾਸੇ, ਅਤੇ ਮੈਨੂੰ ਦੱਸਿਆ, ਮੈਂ ਕਿਹਾ ਯਾਰ ਲੋਕ ਨਾ ਕਿੰਨੇ ਵਜੇ ਤੱਕ ਤੁਹਾਡਾ ਹੋਟਲ ਖੁੱਲ੍ਹਾ ਰਹਿੰਦਾ? ਉਹ ਕਹਿੰਦਾ ਜੀ ਰਾਤ ਨੂੰ 2 ਵਜੇ ਤੱਕ। ਮੈਂ ਕਿਹਾ ਯਾਰ 2 ਵਜੇ ਤਾਂ ਕੀ ਕੰਮ ਹੈ? ਕਹਿੰਦਾ ਜੀ ਰਾਤ ਨੂੰ 2 ਵਜੇ ਤੱਕ ਜਿਹੜਾ ਹੈ ਲੋਕ ਖਾਣਾ ਖਾਣ ਆਉਂਦੇ ਰਹਿੰਦੇ, 2 ਵਜੇ ਵਿਹਲੇ ਹੁੰਦੇ ਹਾਂ ਰਾਤ ਦੀ ਡਿਊਟੀ ਵਾਲੇ ਅਸੀਂ ਬੰਦੇ, ਅਤੇ ਸਵੇਰੇ 5 ਵਜੇ ਫਿਰ ਪਰੌਂਠੇ ਸ਼ੁਰੂ ਹੋ ਜਾਂਦੇ। ਮੈਂ ਕਿਹਾ ਯਾਰ ਕੀ ਗੱਲ, ਤੜਕੇ 5 ਵਜੇ? ਕਹਿੰਦਾ ਉਹ ਤਾਂ ਚਲ, ਮੈਂ ਕਿਹਾ ਕਈਆਂ ਨੇ ਦੂਰ ਜਾਣਾ ਹੁੰਦਾ, ਛਕ ਲੈਂਦੇ ਹੋਣਗੇ ਪ੍ਰਸ਼ਾਦਾ ਪਰੌਂਠਾ ਵਗੈਰਾ, ਪਰ ਤੁਸੀਂ ਰਾਤ ਨੂੰ 2 ਵਜੇ ਕੌਣ ਪ੍ਰਸ਼ਾਦਾ ਖਾਂਦਾ? ਕਹਿੰਦਾ ਜੀ 12-1-2 ਵਜੇ ਤੱਕ ਬਾਜ਼ਾਰ ਵਾਲੇ ਆਈ ਜਾਂਦੇ ਆ ਅਤੇ ਖਾਣਾ ਪੈਕ ਕਰਾ ਕੇ ਲਈ ਜਾਂਦੇ ਆ ਅਤੇ ਇੱਥੇ ਆ ਕੇ ਖਾਈ ਜਾਂਦੇ ਆ, ਯਾਨੀ ਕਿ ਅੱਧੀ ਰਾਤ ਨੂੰ ਵੀ ਲੋਕ ਖਾਣਾ ਖਾ ਰਹੇ ਆ। ਫਿਰ ਕੀ ਅਸੀਂ ਉਮੀਦ ਕਰਾਂਗੇ ਕਿ ਅਸੀਂ ਠੀਕ ਰਹਿ ਜਾਂਗੇ? ਜਿਵੇਂ ਹੀ ਦਿਨ ਛਿਪਿਆ, ਤੁਹਾਡੇ ਸਰੀਰ ਦੇ ਵਿੱਚ ਰਿਲੈਕਸ ਮੂਡ 'ਚ ਆ ਗਿਆ ਤਾਂ ਖਾਣਾ ਪਹੁੰਚਾਉਣ ਦੀ ਸਮਰੱਥਾ ਤੁਹਾਡੀ ਘੱਟ ਗਈ। ਹੁਣ ਜਿਹੜਾ ਬੰਦਾ ਕਾਰੋਬਾਰੀ ਆ, ਉਹਦੀ ਤਾਂ ਮਜਬੂਰੀ ਹੋਏਗੀ ਕਿ ਉਹਨੇ ਦੁਕਾਨ ਨੂੰ ਵਧਾਉਣਾ 9 ਵਜੇ 8 ਵਜੇ ਜੋ ਵੀ ਉਹਦੇ ਗਾਹਕਾਂ ਦਾ ਸਮਾਂ। ਨੌਕਰੀ ਪੇਸ਼ਾ ਵਾਲਾ ਦੂਰ ਗਿਆ ਨੇੜਾ, ਉਹਦੀ ਤਾਂ ਮਜਬੂਰੀ ਹੈ ਲੇਟ ਨਾਈਟ ਖਾਣਾ ਖਾਵੇ। ਜਿਹੜਾ ਬੰਦਾ ਘਰੇ ਤੁਰਿਆ ਫਿਰਦਾ, ਐਵੇਂ ਗੱਪਾਂ ਮਾਰ ਕੇ ਮਾਰਨਾ, ਇੱਧਰ ਨੂੰ ਚੱਲ ਪਿਆ ਫਿਰ ਇੱਧਰ ਨੂੰ ਚੱਲ ਪਿਆ, ਉਹ ਤਾਂ ਘੱਟੋ ਘੱਟ ਟਾਈਮ ਸਿਰ ਖਾਣਾ ਖਾਵੇ। ਘਰ ਦੀਆਂ ਗ੍ਰਹਿਣੀਆਂ ਜਿਹੜੀਆਂ ਬੀਬੀਆਂ ਬੱਚੇ ਘਰ ਨੇ,
ਉਹ ਤਾਂ ਸਮੇਂ ਸਿਰ ਖਾਣਾ ਖਾਓ ਘੱਟੋ ਘੱਟ, ਜਿਸ ਬੰਦੇ ਦੀ ਮਜਬੂਰੀ ਆ ਉਹਦੀ ਤਾਂ ਵੱਖਰੀ ਗੱਲ ਆ। ਕਦੇ ਕਦੇ ਤੁਸੀਂ ਕਿਸੇ ਵਿਆਹ ਸ਼ਾਦੀ 'ਤੇ ਗਏ ਹੋ, ਲੇਟ ਨਾਈਟ ਖਾਣਾ ਖਾ ਸਕਦੇ ਹੋ, ਤੁਸੀਂ ਸਭ ਕੁਛ ਖਾ ਸਕਦੇ ਹੋ, ਤੁਸੀਂ ਇੱਕ ਅੱਧੀ ਗਲਤੀ ਕਦੇ ਕਦੇ ਕਰਿਆ ਕਰੋ, ਤੁਹਾਡੇ ਪੇਟ ਨੂੰ ਗਲਤੀ ਕਰਕੇ ਠੀਕ ਕਰਨ ਦੇ ਵੀ ਜਿਹੜਾ ਹੈ ਉਹ ਆਦਤ ਪਵੇ। ਪਰ ਹੁਣ ਕੀ ਆ, ਇੱਕ ਧਿਆਨ ਰੱਖਣਾ ਹੈ, ਖਾਣੇ ਨੂੰ ਪਚਾਉਣਾ ਹੈ, ਉਹਨੂੰ ਬਰੀਕ ਬਰੀਕ ਪੇਟ ਦੇ ਵਿੱਚ ਤੁਸੀਂ ਚਬਾ ਚਬਾ ਕੇ ਲੈ ਕੇ ਜਾਣਾ। ਪਰ ਟੀ ਵੀ ਦੇਖਦਿਆਂ ਹੋਇਆ ਜਾਂ ਟੀ ਵੀ ਨੂੰ ਸੁਣ ਸਕਦੇ ਹੋ ਵੀ ਖਾਣੇ 'ਚ ਤੁਹਾਡਾ ਧਿਆਨ ਹੈ, ਖਾਂਦੇ ਰਹੋ, ਖਬਰਾਂ ਖੁਬਰਾਂ ਸੁਣ ਲਓ, ਕੋਈ ਗੱਲ ਨਹੀਂ, ਪਰ ਉਹਦੇ ਵੱਲ ਝਾਕਦੇ ਰਹਿਣਾ, ਉਹਦੇ ਵੱਲ ਵੇਖਦੇ ਰਹਿਣਾ ਅਤੇ ਉਹਦੇ ਵਿੱਚ ਖੁੱਭ ਜਾਣਾ, ਇਹ ਤੁਹਾਡੇ ਲਈ ਠੀਕ ਨਹੀਂ ਹੈ। ਫਿਰ ਤੁਹਾਡਾ ਧਿਆਨ ਨਹੀਂ ਰਹਿੰਦਾ ਮੈਂ ਕਿੰਨਾ ਖਾਣਾ ਖਾਇਆ ਅਤੇ ਕਿੰਨਾ ਖਾਣਾ। ਸੋ ਇਸ ਗੱਲ ਦਾ ਧਿਆਨ ਰੱਖਣਾ, ਟੀ ਵੀ ਵਗੈਰਾ ਦੇ ਵਿੱਚ ਤੁਹਾਡਾ ਮੋਬਾਈਲ 'ਚ ਧਿਆਨ ਨਾ ਹੋਵੇ। ਪਰ ਜਿਹੜੇ ਬੱਚਿਆਂ ਨੂੰ ਤੁਸੀਂ ਮੋਬਾਈਲ ਵਿਖਾ ਕੇ ਰੋਟੀ ਖਵਾਉਂਦੇ ਉਹਨਾਂ ਦਾ ਕੀ ਬਣੂਗਾ? ਜਿਨ੍ਹਾਂ ਬੱਚਿਆਂ ਨੂੰ ਇਹ ਨਹੀਂ ਪਤਾ ਤੂੰ ਖਾ ਕੀ ਰਿਹਾ, ਉਹ ਲੱਗੇ ਹੋਏ ਆ ਕਾਰਟੂਨ ਦੇ ਵਿੱਚ, ਮਾਂ ਕਹਿੰਦੀ ਆ ਵੀ ਤੈਨੂੰ ਮੈਂ ਰੋਟੀ ਤਾਂ ਖਵਾਉਣੀ ਆ, ਮੋਬਾਈਲ ਤਾਂ ਦੇਊਂਗੀ, ਪਹਿਲਾਂ ਖਾਣਾ ਖਾ, ਅਤੇ ਖਾਣੇ ਵਾਸਤੇ ਉਹਨੂੰ ਮੋਬਾਈਲ ਦਿੱਤਾ, ਉਹ ਬੱਚਾ ਮੋਬਾਈਲ ਦੇਖ ਰਿਹਾ ਅਤੇ ਮਾਂ ਉਹਦੇ ਮੂੰਹ ਦੇ ਵਿੱਚ ਠੂਸ ਰਹੀ ਹੈ ਖਾਣਾ। ਨਾ ਬੱਚੇ ਨੂੰ ਪਤਾ ਕਿੰਨਾ ਖਾਧਾ, ਕੀ ਉਹਦਾ ਸਵਾਦ ਸੀ, ਮਿੱਠਾ ਸੀ, ਲੂਣਾ ਸੀ, ਖੱਟਾ ਸੀ। ਤਾਂ ਇਹ ਆਦਤਾਂ ਬੱਚਿਆਂ ਨੂੰ ਛੱਡੋ, ਭੁੱਖ ਲੱਗੇ, ਭੁੱਖ ਲੱਗਣ ਵਾਸਤੇ ਉਹਨੂੰ ਚਟਨੀ ਪੁਰਾਣੇ ਜ਼ਮਾਨੇ ਵਾਲੀ ਖਵਾ ਦਿਆ ਕਰੋ। ਮੈਂ ਬਹੁਤ ਤੁਹਾਨੂੰ ਕਹਿੰਦਾ ਪੁਦੀਨੇ ਦੇ ਵਿੱਚ ਪਾਇਆ ਕਰੋ, ਅਨਾਰਦਾਨਾ ਵਿੱਚ ਪਾ ਲਓ ਕਾਲਾ ਨਮਕ, ਉਹਨੂੰ ਬੱਚੇ ਨੂੰ ਕਿਵੇਂ ਨਾ ਕਿਵੇਂ ਖਵਾਉਣੀ ਸ਼ੁਰੂ ਕਰੋ, ਉਹਦੇ ਪੇਟ ਦੀ ਅਗਨੀ ਤੇਜ਼ ਕਰ ਦਿਓ, ਆਪੇ ਮੰਗ ਕੇ ਰੋਟੀ ਖਾਣ ਲੱਗ ਜੂਗਾ। ਮੋਬਾਈਲ ਵਿਖਾ ਵਿਖਾ ਕੇ ਨਹੀਂ ਖਾਣੀ, ਖਵਾਉਣੀ ਪਏਗੀ। ਸੋ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਕਰੋਗੇ। ਦੇਖੋ ਪੰਛੀਆਂ ਨੂੰ ਦਿਨ ਛਿਪਣ ਤੋਂ ਬਾਅਦ ਕੋਈ ਪੰਛੀ ਚੋਗਾ ਚੁਗਣ ਵਾਸਤੇ ਬਾਹਰ ਨਹੀਂ ਆਉਂਦਾ, ਕੋਈ ਵੀ ਪੰਛੀ ਰਾਤ ਨੂੰ ਖਾਣਾ ਖਾਣ ਲਈ ਨਹੀਂ ਨਿਕਲਦਾ। ਜਿਵੇਂ ਹੀ ਦਿਨ ਛਿਪਣ ਲੱਗਿਆ ਸਾਰੇ ਪੰਛੀ ਆਪੋ ਆਪਣੇ ਆਲਣਾ ਜਾ ਕੇ ਆਰਾਮ ਦੇ ਮੂਡ ਵਿੱਚ ਚਲੇ ਜਾਂਦੇ ਨੇ। ਇਸੇ ਤਰੀਕੇ ਨਾਲ ਸਾਡਾ ਸਰੀਰ ਵੀ ਆਰਾਮ ਦੀ ਅਵਸਥਾ ਦੇ ਵਿੱਚ ਜਾਂਦਾ ਹੈ, ਉਹ ਰਾਤ ਸੌਣ ਵਾਸਤੇ ਹੈ, ਨਾ ਕਿ ਖਾਣ ਵਾਸਤੇ ਹੈ। ਤਾਂ ਫਿਰ ਦੋ ਹੀ ਗੱਲਾਂ ਮੈਂ ਤੁਹਾਨੂੰ ਦੱਸੀਆਂ ਨੋਟ ਕਰਨ ਵਾਲੀਆਂ, ਖਾਣਾ ਭੁੱਖ ਤੋਂ ਘੱਟ ਖਾਣਾ ਅਤੇ ਸਮੇਂ ਸਿਰ ਖਾਣਾ, ਸਹੀ ਮਾਤਰਾ ਖਾਣਾ, ਇਹ ਤੁਸੀਂ ਧਿਆਨ ਰੱਖਿਓ। ਸਹੀ ਖਾਣਾ, ਸਹੀ ਮਾਤਰਾ ਅਤੇ ਸਹੀ ਸਮਾਂ ਅਗਰ ਤੁਸੀਂ ਰੱਖੋਗੇ, ਤੁਸੀਂ 90% ਬਿਮਾਰੀਆਂ ਤੋਂ ਬਚ ਜਾਓਗੇ। ਜਿਹੜੇ ਲੋਕ ਬਿਮਾਰ ਨੇ, ਜਿਨ੍ਹਾਂ 'ਤੇ ਕੋਈ ਦਵਾਈ ਨਹੀਂ ਕੰਮ ਕਰਦੀ ਪਈ, ਬਹੁਤ ਦੁਖੀ ਨੇ, ਇਹ ਦੋ ਤਰੀਕੇ ਅਪਣਾਓ, ਔਖੇ ਸੌਖੇ ਜਿਵੇਂ ਮਰਜ਼ੀ ਕਰੋ, ਇਹ ਕਰਕੇ ਦੇਖਿਓ ਤੁਹਾਡੀਆਂ ਬਿਮਾਰੀਆਂ 'ਚ। ਜਿਹੜੇ ਮੋਟਾਪਾ ਕਹਿੰਦੇ ਘੱਟ ਹੁੰਦਾ ਵੀ ਬੜੇ ਪਾਪੜ ਵੇਲ ਲਏ, ਉਹ ਕਰਕੇ ਦੇਖਿਓ। ਜਿਹੜੇ ਕਹਿੰਦੇ ਆ ਸਾਡੀ ਕਮਜ਼ੋਰੀ ਦੂਰ ਨਹੀਂ ਹੋਈ, ਮਰ ਗਏ ਅਸੀਂ ਤਾਂ ਬਿਮਾਰੀਆਂ ਨੇ ਸਾਨੂੰ ਘੇਰ ਲਿਆ, ਇਹ ਦੋ ਰੂਲ ਕਰਕੇ ਦੇਖਿਓ, ਤੁਹਾਨੂੰ ਬਹੁਤ ਅੱਛਾ ਫਾਇਦਾ ਹੋਏਗਾ। ਖਾਣਾ ਜਿਹੜਾ ਤੁਸੀਂ ਖਾਂਦੇ ਹੋ ਚੰਗਾ ਖਾਇਓ, ਵਧੀਆ ਖਾਇਓ, ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਇਹ ਚੀਜ਼ਾਂ ਅਪਣਾ ਕੇ ਦੇਖਿਓ। ਵੀਡੀਓ ਨੂੰ ਤੁਸੀਂ ਅੰਤ ਤੱਕ ਦੇਖਿਆ, ਤੁਹਾਡਾ ਬਹੁਤ ਬਹੁਤ ਧੰਨਵਾਦ।